ਉਮੀਦਵਾਰ ਟਰਾਂਸਪੋਰਟਰ ਮੰਤਰੀ ਰਣਜੀਤ ਭੁੱਲਰ ਦੀ ਸੁਭਾਅ ਦੇ ਸਵਾਲ ਖੜੇ ਕੀਤੇ ਨੇ। ਇਸ ਦੇ ਪੋਸਟਰ ਵਿੱਚ ਕਈ ਦਾਅਵਿਆਂ ਨਾਲ ਦਾਅਵਾ ਕੀਤਾ ਗਿਆ ਹੈ ਕਿ ਟਰਾਂਸਪੋਰਟਰ ਦੇ ਵਿਭਾਗ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਦਾਅਵਾ ਕੀਤਾ ਗਿਆ ਹੈ। ਹੁਣ ਇਸ ਦਾਅਵਿਆਂ ਵਿੱਚ ਟਰਾਂਸਪੋਰਟਰ ਦੇ ਸਵਾਲ ਚੁੱਕੇ ਨੇ, ਇਲਜ਼ਾਮ ਝੂਠ ਬੋਲਣ ਦਾ ਲਾਇਆ ਗਿਆ ਹੈ। ਪੰਜਾਬ ਰੋਡ 10-5 ਤੋਂ PRTC ਕੱਚਿਆਂ ਦਾ ਕਹਿਣਾ ਹੈ, ਮੰਤਰੀ ਸਾਹਿਬ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਮੇਰਾ ਨਾਮ ਗੁਰਜੀਤ ਸਿੰਘ ਹੈ ਜੀ, ਮੈਂ ਸੰਗਰੂਰ ਡੀਪੂ ਤੋਂ ਪੰਜਾਬ ਰੋਡਵੇਜ਼ ਪਨਬੱਸ PRTC ਕੰਟਰੈਕਟ ਵਰਕਰ ਤੋਂ ਸਹਾਇਕ ਸੈਕਟਰੀ ਹੈ ਜੀ। ਜਿਹੜਾ ਆਪਣੇ ਖਡੂਰ ਸਾਹਿਬ ਤੋਂ ਆਪਣੇ ਮੌਜੂਦਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਜੀ ਵੱਲੋਂ ਇੱਕ ਪ੍ਰੈਸ ਨੋਟਿਸ ਤਿਆਰ ਕੀਤਾ ਗਿਆ, ਉਹਦੇ ਵਿੱਚ ਉਹਨਾਂ ਨੇ ਦੱਸਿਆ ਗਿਆ ਵੀ ਅਸੀਂ ਟਰਾਂਸਪੋਰਟ ਦੇ ਅਤੇ ਕੱਚੇ ਕਾਮੇ ਪੱਕੇ ਕੀਤੇ ਨੇ, ਪਰ ਸਾਡੇ ਮਹਿਕਮੇ ਦੇ ਵਿੱਚ ਕੋਈ ਵੀ PRTC ਦੇ ਵਿੱਚ ਲਾ ਲਓ, ਪਨਬੱਸ ਦੇ ਵਿੱਚ ਲਾ ਲਓ, ਪੰਜਾਬ ਰੋਡਵੇਜ਼ ਦੇ ਵਿੱਚ ਕੋਈ ਇੱਕ ਵੀ ਮਤਲਬ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ। ਸ਼ਰਮਕਾਂ ਦੀ ਹੋਰ ਵੀ ਕੰਡੀਸ਼ਨਾਂ ਲੈ ਕੇ, ਸਾਡੇ 'ਤੇ ਮਾਰੂ ਕੰਡੀਸ਼ਨਾਂ ਲੈ ਕੇ ਸਾਨੂੰ ਨੌਕਰੀ ਤੋਂ ਇਹ ਨਹੀਂ ਪਤਾ ਵੀ ਕਿਹੜੇ ਵੇਲੇ ਫਰਕ ਕਰ ਸਕਦੇ ਨੇ, ਅਤੇ ਕੋਈ ਵੀ ਇਹੋ ਜਿਹੀ ਕੋਈ ਮਤਲਬ ਇਹਨਾਂ ਨੇ ਝੂਠਾ ਜਿਹਾ ਸਰਾਸਰ ਝੂਠਾ ਬਿਆਨਾ ਜੋ ਇਹਨਾਂ ਨੇ ਦਿੱਤਾ ਟਰਾਂਸਪੋਰਟ ਮੰਤਰੀ ਜੀ ਵੱਲੋਂ ਆਇਆ। ਅਸੀਂ ਨੇ ਇਹਨਾਂ ਨੇ ਪਿਛਲੇ 16 ਮਈ ਨੂੰ ਅਸੀਂ ਨੇ ਇਹਨਾਂ ਦਾ ਆਪਣਾ ਸ਼ਹਿਰ ਘੇਰਨਾ ਸੀਗਾ, ਅਤੇ ਇਹਨਾਂ ਨੇ ਸਾਡੇ ਨਾਲ 24 ਤਰੀਕ ਦੀ ਅਸੀਂ ਮੀਟਿੰਗ ਫਿਕਸ ਕੀਤੀ ਹੈਗੀ, ਪਰ ਇਹ ਜਿਹੜਾ ਇਹਨਾਂ ਵੱਲੋਂ ਇਹ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਜੋ ਇਹਨਾਂ ਨੇ ਵੱਲੋਂ ਨੋਟੀਫਿਕੇਸ਼ਨ ਆਇਆ, ਬਿਲਕੁਲ ਸਰਾਸਰ ਝੂਠਾ ਹੀ ਹੈ। ਪਰ ਉਹ ਤਾਂ ਕਹਿੰਦੇ ਨੇ ਪੋਸਟਰ ਦੇ ਵਿੱਚ ਲਿਖਿਆ ਹੋਇਆ ਕਿ ਅਸੀਂ ਬੰਦਿਆਂ ਨੂੰ ਪੱਕੇ ਕਰ ਚੁੱਕੇ ਹਾਂ, ਕੀ ਉਹ ਝੂਠ ਹੈ? ਕਿਉਂ ਝੂਠ ਬੋਲ ਰਹੇ ਨੇ? ਨਹੀਂ ਬਿਲਕੁਲ, ਇਹ ਹੁਣ ਜਾਂ ਤਾਂ ਵੋਟਾਂ ਲੈਣ ਦਾ ਮਕਸਦ ਲਾ ਲਓ ਜੀ ਇਹਨਾਂ ਦੀ, ਜਾਣਕੇ ਕੋਈ MP ਬਣਨ ਦਾ ਲਾ ਲਓ ਵੀ ਇਹਨਾਂ ਨੇ ਇਹਨਾਂ ਨੂੰ ਜੋ ਇਹ ਝੂਠ ਬੋਲਣਾ ਪੈ ਰਿਹਾ। ਪਰ ਅਸੀਂ ਤੁਹਾਨੂੰ ਵੀ ਪਤਾ, ਤੁਹਾਨੂੰ ਮੀਡੀਆ ਰਾਹੀਂ ਵੀ ਅਸੀਂ ਰੂਬਰੂ ਹੁੰਦੇ ਰਹਿੰਦੇ ਹਾਂ ਵੀ ਅਸੀਂ ਕਿੰਨੀਆਂ ਹੜਤਾਲਾਂ ਰੋਸ ਮੁਜ਼ਾਹਰੇ ਕਰ ਚੁੱਕੇ ਹਾਂ। ਸਾਡੇ ਮਹਿਕਮੇ ਦੇ ਵਿੱਚ ਅਸੀਂ ਵੱਖ ਵੱਖ ਤਨਖਾਹਾਂ 'ਤੇ ਭਰਤੀ ਹੋਏ ਹਾਂ, ਮੇਰੇ ਨਾਲ ਮੁਲਾਜ਼ਮ ਖੜ੍ਹੇ ਨੇ, ਇਹਨਾਂ ਨੂੰ ਕੋਈ ਹੋਰ ਤਨਖਾਹ ਮਿਲ ਰਹੀ ਆ ਸਾਡੇ ਨਾਲੋਂ ਘੱਟ, ਅਤੇ ਸਾਡੇ ਨਵੀਂ ਭਰਤੀ ਦੇ ਮੁਲਾਜ਼ਮ ਨੇ ਉਹਨਾਂ ਨੂੰ ਇੱਕ ਹੋਰ ਤਨਖਾਹ ਮਿਲ ਰਹੀ ਆ। ਮਤਲਬ ਸਾਡਾ ਕੰਮ ਇੱਕ ਆ, ਪਰ ਤਨਖਾਹਾਂ ਸਾਨੂੰ ਵੱਖੋ ਵੱਖਰੀਆਂ ਦਿੱਤੀਆਂ ਜਾ ਰਹੀਆਂ ਨੇ। ਇਹਨਾਂ ਦੇ ਸੰਬੰਧ ਦੇ ਵਿੱਚ ਵੀ ਅਸੀਂ ਕਾਫੀ ਵਾਰ ਮਤਲਬ ਇਹਨਾਂ ਟਰਾਂਸਪੋਰਟ ਦੇ ਅਧਿਕਾਰੀਆਂ ਨਾਲ ਵੀ ਅਤੇ ਆਪਣੇ ਮੰਤਰੀ ਸਾਹਿਬ ਨਾਲ ਵੀ ਕਾਫੀ ਵਾਰ ਮੀਟਿੰਗ ਕਰ ਚੁੱਕੇ ਹਾਂ, ਪਰ ਇਹ ਆਪਣੀਆਂ ਜੋ ਮੰਗਾਂ ਮੰਨ ਲੈਂਦੇ ਨੇ ਸਾਡੀਆਂ, ਪਰ ਉਹ ਤੋਂ ਫਿਰ ਭੱਜ ਲੈਂਦੇ ਨੇ। ਐਤਕੀ ਇਹਨਾਂ ਦਾ 16 ਤਰੀਕ ਨੂੰ ਅਸੀਂ ਨੇ ਪੱਟੀ ਸ਼ਹਿਰ ਘੇਰਨਾ ਸੀ, ਪਰ ਜਦੋਂ ਇਹਨਾਂ ਨੂੰ ਪਤਾ ਲੱਗਿਆ ਤਾਂ ਇਹਨਾਂ ਨੇ ਸਾਡੇ ਨਾਲ ਇੱਕ ਮੀਟਿੰਗ ਫਿਕਸ ਕੀਤੀ ਆ 24 ਤਰੀਕ ਦੀ। ਉਹਦੇ ਵਿੱਚ ਦੇਖੋ ਸਾਨੂੰ ਕੋਈ ਆਸ ਜਾਗਦੀ ਆ ਵੀ ਚਲੋ ਸਾਡੇ ਇਹਨਾਂ ਭਰਾਵਾਂ ਦੀਆਂ ਤਨਖਾਹੀ ਵੱਧ ਜਾਣ ਜੀ। ਜੇ ਜਿਹੜੇ ਪੋਸਟਰ ਰਿਲੀਜ਼ ਕੀਤਾ ਖਡੂਰ ਸਾਹਿਬ ਤੋਂ, ਤੁਸੀਂ ਗੱਲ ਕੀਤੀ ਹੈ ਕਿ ਲਾਲਜੀਤ ਭੁੱਲਰ ਨੇ ਉਹ ਪੋਸਟਰ ਰਿਲੀਜ਼ ਕੀਤਾ, ਕੀ ਉਹ ਕੋਈ ਹੋਰ ਜਿਹੜੇ ਤੁਹਾਡੇ ਸਾਥੀ ਨਾ ਹੋਣ ਜਿਨ੍ਹਾਂ ਨੂੰ ਪੱਕਾ? ਨਹੀਂ 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 ਸਰ, ਸਾਡੀਆਂ ਚਲੋ ਮੁਲਾਜ਼ਮ ਜਥੇਬੰਦੀਆਂ ਨੇ, ਸਾਨੂੰ ਜੇ ਮੁਲਾਜ਼ਮ ਜਥੇਬੰਦੀਆਂ ਸਾਡੀਆਂ ਵੱਖੋ ਵੱਖਰੀਆਂ, ਪਰ ਸਾਡੀ ਸੋਚ, ਸਾਡਾ ਕਦਮ ਇੱਕ ਹੈਗਾ। ਸਾਡੇ ਮਹਿਕਮੇ ਦੇ ਵਿੱਚ PRTC ਦੇ ਵਿੱਚ, ਪੰਜਾਬ ਰੋਡਵੇਜ਼ ਦੇ ਵਿੱਚ, ਪਨਬੱਸ ਦੇ ਵਿੱਚ ਇੱਕ ਵੀ ਮੁਲਾਜ਼ਮ ਕੋਈ ਵੀ ਪੱਕਾ ਨਹੀਂ ਕੀਤਾ ਗਿਆ। ਮੇਰੇ ਨਾਲ ਸਾਥੀ ਖੜ੍ਹੇ ਨੇ, ਇਹ ਘੱਟੋ ਘੱਟ ਵੀ ਇਹਨਾਂ ਨੂੰ 10 ਸਾਲ ਹੋ ਗਏ ਸਰਵਿਸ ਕਰਦਿਆਂ ਨੂੰ। ਉਹ ਵੀ ਇੱਕ ਕੰਟਰੈਕਟ ਦੇ ਬੇਸ 'ਤੇ ਕੰਮ ਕਰ ਰਹੇ ਨੇ ਇੱਥੇ ਬੱਸ ਸਟੈਂਡ ਦੇ ਵਿੱਚ। ਤੁਸੀਂ ਵੀ ਕਈ ਵਾਰੀ ਦੇਖਿਆ ਹੋਊ ਇੱਥੇ ਬੱਸ ਸਟੈਂਡ ਦੇ ਵਿੱਚ ਬੱਸਾਂ ਦੀ ਇੰਨੀ ਜ਼ਿਆਦਾ ਘਾਟ ਆ ਵੀ ਉਰੇ ਮਤਲਬ ਸਵਾਰੀਆਂ ਦਾ ਹਜੂਮ ਹੀ ਲੱਗਿਆ ਰਹਿੰਦਾ। ਜਿਵੇਂ ਜੇ ਮੈਂ ਗੱਲ ਕਰਾਂ, ਕਿਉਂਕਿ ਅਸੀਂ ਖੰਡੂਰ ਸਾਹਿਬ ਦੀ ਗੱਲ ਕਰ ਰਹੇ ਹਾਂ, ਕਿਉਂਕਿ ਜਿਹੜਾ ਉਹ ਬਿਆਨ ਹੈ, ਕਿ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਜਿਹੜਾ ਉਹ ਬਿਆਨ? ਉਹ ਜਮਾਂ ਬਿਲਕੁਲ ਸਰੇਆਮ ਝੂਠਾ ਬਿਆਨ ਹੈ ਜੀ। ਕੋਈ ਸਾਡੇ ਮਹਿਕਮੇ ਦੇ ਵਿੱਚ ਇੱਕ ਵੀ ਅਧਿਕਾਰੀ, ਕੋਈ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ। ਜੋ ਪਹਿਲਾਂ ਮੁਲਾਜ਼ਮ ਪੱਕੇ ਨੇ ਉਹੀ ਪੱਕੇ ਨੇ। ਸਮਕਾਂ ਦੀ ਸਾਡੇ ਤਾਂ ਹੋਰ ਵੀ ਮਹਿਕਮੇ ਦੇ ਵਿੱਚ ਜੋ ਭਰਤੀ ਆ ਰਹੀਆਂ, ਠੇਕੇਦਾਰੀ ਸਿਸਟਮ 'ਚ ਆ ਰਹੀਆਂ ਨੇ,
ਪਿਛਲਿਆਂ ਤਾਂ ਜੋ ਪੱਕੇ ਹੋਣੇ ਸੀ ਪਰ ਅਗਲੀਆਂ ਵੀ ਜੋ ਭਰਤੀਆਂ ਆ ਰਹੀਆਂ ਨੇ ਉਹ ਵੀ ਠੇਕੇਦਾਰੀ ਸਿਸਟਮ ਦੇ ਸਾਡੀ ਮਤਲਬ ਬਹੁਤ ਨਿਗੁਣੀਆਂ ਤਨਖਾਹਾਂ 'ਤੇ ਸਾਡੇ ਤੋਂ ਕੰਮ ਕਰਵਾਇਆ ਜਾ ਰਿਹਾ। ਅਸੀਂ ਇਸ ਵਕਤ ਬਹੁਤ ਦੁਖੀ ਹਾਂ। ਇਸ ਮਹਿਕਮੇ ਦੇ ਵਿੱਚ ਕੋਈ ਮਤਲਬ ਸਾਡੀ ਕੋਈ ਦੀ ਮੰਗ ਕਰ ਚੁੱਕੇ ਆਮ ਸਹੂਲਤ ਵਾਸਤੇ, ਜਿਵੇਂ ਤੁਹਾਨੂੰ ਪਤਾ ਵੀ ਸਾਡੀਆਂ ਮਾਵਾਂ ਭੈਣਾਂ ਧੀਆਂ ਸਾਡੀ ਨੇ ਪੰਜਾਬ ਦੀਆਂ ਜੋ ਇਹਨਾਂ ਤੋਂ ਸਫ਼ਰ ਸਹੂਲਤ ਫ੍ਰੀ ਦੀ ਦਿੱਤੀ ਗਈ ਆ, ਪਰ ਇਹਨਾਂ ਨੂੰ ਮਤਲਬ ਬੈਠ ਕੇ ਸਫ਼ਰ ਸਹੂਲਤ ਨਹੀਂ ਦਿੱਤੀ ਜਾ ਰਹੀ, ਬਹੁਤ ਲੰਮਕ ਰੋਡਵੇਜ਼ ਦੀ ਰਿਪੇਅਰ ਦੀ ਵੀ ਗੱਲ ਲਿਖੀ ਹੋਈ ਹੈ ਵਿੱਚ, ਕੋਈ ਰਿਪੇਅਰ ਨਹੀਂ। ਤੁਸੀਂ ਡੀਪੂਆਂ ਦਾ ਹਾਲ ਦੇਖੋ ਜਨਾਬ, ਜਾ ਕੇ ਮਤਲਬ ਸਾਡੇ ਡੀਪੂਆਂ ਦੇ ਵਿੱਚ ਸਮਾਨ ਦੀ ਇੰਨੀ ਜ਼ਿਆਦਾ ਕਮੀ ਆ ਵੀ ਇਹਨਾਂ ਅਧਿਕਾਰੀਆਂ ਤੋਂ ਜਾਂ ਸਾਡੇ MD ਤੋਂ ਪਾਸ 2500 ਦਾ ਬਿੱਲ ਪਾਸ ਕਰਾਉਣ ਵਾਸਤੇ MD ਸਾਹਿਬ ਕੋਲ ਜਾਣਾ ਪੈਂਦਾ। ਇੰਨੀਆਂ ਗੱਡੀਆਂ ਨੇ ਸਾਡੇ ਕੋਲ, ਮਤਲਬ 2900 ਗੱਡੀ ਚੱਲਦੀ ਆ ਰੋਡ 'ਤੇ ਰੋਜ਼, ਕੁਛ ਨਾ ਕੁਛ ਮਤਲਬ ਤੁਹਾਨੂੰ ਪਤਾ ਹੀ ਆ ਵੀ ਵਾਹਨ ਨੇ, ਵਾਹਨ ਚੱਲਦੇ ਵੀ ਨੇ, ਇਹਨਾਂ ਦੀ ਰਿਪੇਅਰ ਵੀ ਹੁੰਦੀ ਆ, ਪਰ ਇਹਨਾਂ ਕੋਲ ਕੋਈ ਸਮਾਨ ਨਹੀਂ ਹੈਗਾ, ਕੋਈ ਇਹਨਾਂ ਕੋਲ ਪੈਸਾ ਨਹੀਂ ਹੈਗਾ ਵੀ ਜਿਹੜਾ ਇਹ ਮਤਲਬ ਸਾਨੂੰ ਕੋਈ ਸਹੀ ਸਮੇਂ 'ਤੇ ਜਾਂ ਆਮ ਪਬਲਿਕ ਨੂੰ ਮਤਲਬ ਇਹ ਪ੍ਰਬੰਧ ਦੇ ਸਕਣ। ਮੇਰਾ ਨਾਮ ਕਰਮਜੀਤ ਸਿੰਘ ਹੈ ਜੀ। ਮੈਂ ਬਤੌਰ ਡਰਾਈਵਰ ਕੰਮ ਕਰਦਾ, ਮੈਂ ਅੱਜ ਕੱਲ੍ਹ ਅੱਡਾ ਇੰਚਾਰਜ ਭਵਾਨੀਗੜ੍ਹ ਦਾ ਆਇਆ ਜੀ। ਬਿਲਕੁਲ ਕਿਸੇ ਟੇਬਲ 'ਤੇ ਬਹਿ ਕੇ ਸਾਨੂੰ ਸੱਚ ਹੋ ਕੇ ਦਿਖਾ ਦੇਣ, ਉਹ ਕਿਸੇ ਵੀ ਟੇਬਲ 'ਤੇ ਬੈਠ ਕੇ ਦੱਸ ਦੇਣ ਸਾਨੂੰ ਵੀ ਕਿੱਥੇ ਪਨਬੱਸ ਜਾਂ PRTC ਜਾਂ ਪੰਜਾਬ ਰੋਡਵੇਜ਼ ਦੇ ਵਿੱਚ ਕੋਈ ਬੰਦਾ ਪੱਕਾ ਕਰਿਆ, ਕੋਈ ਵੀ ਵਰਕਰ ਪੱਕਾ ਕਰਿਆ। ਉਹ ਪੱਕੇ ਕੱਚੇ ਬੰਦਿਆਂ ਦੀ ਪੱਕਿਆਂ ਦੀ ਗੱਲ ਕਰਨ ਲੱਗਦੇ ਨੇ। ਜਿਹੜੇ ਮਹਿਕਮੇ ਦੇ ਕੰਟੈਕਟ 'ਤੇ ਵਰਕਰ ਨੇ ਇਹਨਾਂ ਕੋਲ 650-616 ਵਰਕਰ ਨੇ, ਬਿਲਕੁਲ ਉਹਨਾਂ ਦੀ ਵੀ ਕਦੇ ਨੇ ਜ਼ਿਕਰ ਨਹੀਂ ਕਰਿਆ ਜੀ। ਬਿਲਕੁਲ ਝੂਠਾ ਉਹ ਬੰਦਾ, ਬਿਲਕੁਲ ਜਿਵੇਂ ਸਰੇਆਮ ਝੂਠਾ, ਅਸੀਂ ਝੂਠਾ ਸਾਬਤ ਕਰਨ ਨੂੰ ਤਿਆਰ ਬੈਠੇ ਹਾਂ। ਜਿੱਥੇ ਵੀ ਉਹ ਕਹਿੰਦਾ ਕਿਸੇ ਟੇਬਲ 'ਤੇ ਬੈਠ ਕੇ ਸਾਡੇ ਨਾਲ ਗੱਲ ਕਰ ਲਈ, ਅਸੀਂ ਬਿਲਕੁਲ ਉਹਨੂੂੰ ਨਕਾਰ ਦਾਂਗੇ ਗੱਲ ਤੋਂ ਵੀ। ਹਾਂ, ਮੈਂ ਇੱਥੇ ਕੰਮ ਕਰਦਾ, ਮੇਰੇ ਕੋਲ PRTC ਦੀ 400 ਬੱਸ ਲੰਘਦੀ ਹੈ, ਜਿਹਦੇ ਵਿੱਚੋਂ ਤਕਰੀਬਨ 50-60 ਬੱਸਾਂ ਜਿਹੜੀਆਂ ਕਿ ਰੋਡ ਔਨ ਰੋਡ ਖਰਾਬ ਰਹਿੰਦੀਆਂ ਨੇਗੀਆਂ। ਬਿਲਕੁਲ ਕਦੇ ਕੋਈ ਇੱਥੋਂ ਮੁੜ ਜਾਂਦਾ ਬਠਿੰਡੇ ਆਉਂਦਾ, ਕੋਈ ਨਾਭੇ ਤੋਂ ਆਉਂਦਾ ਇੱਧਰ ਮੁੜ ਜਾਂਦਾ, ਤਿੰਨ ਤਿੰਨ ਚਾਰ ਚਾਰ ਦਿਨ ਗੱਡੀਆਂ ਖੜੀਆਂ ਜਾਂਦੀਆਂ। ਕਿੱਥੇ ਕਹਿ ਸਕਦੇ ਨੇ ਵੀ ਅਸੀਂ ਮਤਲਬ ਕਿ ਗੱਡੀਆਂ ਠੀਕ ਕਰਵਾਉਂਦੇ? ਬਿਲਕੁਲ ਨਹੀਂ, ਇਹ ਹੋ ਹੀ ਨਹੀਂ ਸਕਦਾ। ਸਾਡੇ ਕੋਲ ਪੈਸੇ ਨਹੀਂ ਭੇਜਿਆ ਕਦੇ ਪੈਪਸੂ ਰੋਡਵੇ ਟਰਾਂਸਪੋਰਟ ਕਾਰਪੋਰੇਸ਼ਨ ਨੇ ਕੋਈ ਸਾਨੂੰ, ਅਸੀਂ ਬੱਸਾਂ ਦੀ ਮੰਗ ਕਰ ਚੁੱਕੇ ਹਾਂ ਬਹੁਤ, 10,000 ਬੱਸ ਦੀ ਮੰਗ ਕਰਦੇ ਹਾਂ ਵੀ ਜੋ ਲੇਡੀਜ਼ ਨੇ ਸਾਡੀਆਂ ਭੈਣਾਂ ਮਾਵਾਂ ਇੱਥੇ ਖੱਜਲ ਖੁਆਰ ਨਾ ਹੋਣ, ਸਵੇਰੇ 10:30 ਤੱਕ ਧੁੱਪੇ ਖੜ ਕੇ ਮੈਂ ਅੱਡਾ ਕਲੀਅਰ ਕਰਾਉਣਾ ਜੀ, ਰੋਜ਼ ਗੱਡੀਆਂ ਅੰਦਰ ਵਾੜਨਾ, ਅੱਗੇ ਪਿੱਛੇ ਕਰ ਕਰਕੇ ਸਵਾਰੀਆਂ ਚੜਾਉਣਾ। ਸਵੇਰੇ ਇੱਥੇ ਬੇਟੀਆਂ ਇਕੱਠੀਆਂ ਹੋ ਗਈਆਂ ਕਿ ਅੰਕਲ ਬੱਸਾਂ ਵਧਾ ਦਿਉ, ਮੈਂ ਕਿਹਾ ਵੀ ਅਸੀਂ ਬੇਟੀ ਬਹੁਤ ਮੰਗ ਕਰਦੇ ਹਾਂ ਵੀ ਅਸੀਂ ਰੋਜ਼ ਕਹਿੰਦੇ ਵੀ ਬੱਸਾਂ ਪਾਓ, ਬੱਸਾਂ ਸਾਡੇ ਕੋਲ ਮਹਿਕਮਾ ਬੱਸਾਂ ਨਹੀਂ ਪਾ ਰਿਹਾ, ਸਰਕਾਰ ਬੱਸਾਂ ਨਹੀਂ ਪਾ ਕੇ ਦੇ ਰਹੀ ਸਾਨੂੰ, ਤਾਂ ਕਰਕੇ ਇਹ ਖੱਜਰ ਖੁਆਰੀ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਸਾਨੂੰ। ਇਸ ਬਿਆਨ ਨੂੰ ਕਿਵੇਂ ਲੈਂਦੇ ਹੋ, ਕਿਵੇਂ ਲੱਗਦਾ ਬਿਆਨ ਕਿ ਤੁਹਾਡੇ ਕੋਈ ਹੋਰ ਸਾਥੀ ਨਹੀਂ ਪੱਕੇ ਕਰਦੇ? ਬਿਲਕੁਲ ਕੋਈ ਸਾਥੀ ਪੱਕਾ ਨਹੀਂ ਕਰਿਆ ਜੀ, ਸਾਡਾ ਸਾਰਾ ਮਤਲਬ ਜਥੇਬੰਦੀਆਂ ਵੱਖਰੀਆਂ ਵੱਖਰੀਆਂ ਨੇ, ਪਰ ਸਾਡਾ ਜਿਹੜਾ ਕਦਮ ਹੈ ਸਾਰਾ ਉਹ ਸਾਰਾ ਇੱਕ ਥਾਂ 'ਤੇ ਇਕੱਠਾ ਹੈ, ਇੱਕ ਜੁੱਟ ਹੈ। ਜੇ ਇੱਕ ਮੁਲਾਜ਼ਮ ਪੱਕਾ ਹੋਊਗਾ ਤਾਂ ਸਭ ਨੂੰ ਪਤਾ ਲੱਗੂਗਾ, ਕੋਈ ਮੁਲਾਜ਼ਮ ਨਹੀਂ ਪੱਕਾ ਕਰਿਆ, ਕਿਸੇ ਟੇਬਲ 'ਤੇ ਬਹਿ ਕੇ ਸਾਡੇ ਨਾਲ ਸ਼ਰਤ ਲਾ ਕੇ ਕਰ ਲੈਣ ਵੀ ਹਾਂ ਅਸੀਂ ਪੱਕੇ ਕਰਿਆ। ਬਿਲਕੁਲ ਸਰੇਆਮ ਗੱਲਾਂ ਝੂਠੀਆਂ ਨੇ ਜੀ। ਉਹ ਤਹਿਲਕਾ ਨਿਊਜ਼, ਜੇਕਰ ਸੱਚ ਲਿਖਣਾ ਸੱਚ ਬੋਲਣਾ ਬਗਾਵਤ ਹੈ ਤਾਂ ਸਮਝੋ ਤਹਿਲਕਾ ਨਿਊਜ਼ ਬਾਗੀ ਹੈ। ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ ਹੈ। ਜੇਕਰ ਸਰਕਾਰਾਂ ਕਰ ਰਹੀਆਂ ਨੇ ਕਿਸਾਨਾਂ ਨਾਲ ਧੱਕਾ, ਨਹੀਂ ਸੁਣੀ ਜਾ ਰਹੀ ਗਰੀਬਾਂ ਦੀ ਗੱਲ, ਪੰਜਾਬ ਦਾ ਇੱਕ ਬੇਧੜਕ ਨਿਰਧੜਕ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਹਰ ਪਲ ਤੁਹਾਡੇ ਨਾਲ ਹੈ। ਜੇਕਰ ਕਿਸੇ ਨਾਲ ਹੋ ਰਹੀ ਹੈ ਬੇਇਨਸਾਫੀ, ਪ੍ਰਸ਼ਾਸਨ ਨਹੀਂ ਦੇ ਰਿਹਾ ਜਨਤਾ ਨੂੰ ਸਹੀ ਹੱਕ, ਤੁਹਾਡੀ ਆਵਾਜ਼ ਚੱਕਣ ਲਈ ਤੇ ਤੁਹਾਡੀ ਮਦਦ ਕਰਨ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ।
ਜੇਕਰ ਜਨਤਾ ਨਾਲ ਹੋ ਰਿਹਾ ਧੱਕਾ, ਰਾਜਨੀਤਿਕ ਨੇਤਾ ਜਾਂ ਸ਼ਰਾਰਤੀ ਆਂਸਰ ਜਨਤਾ ਨੂੰ ਕਰ ਰਹੇ ਨੇ ਪਰੇਸ਼ਾਨ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਤੁਹਾਡੇ ਨਾਲ ਹੈ।